ਮੁਰਦਾਬਾਦ, ਬਿਜਲੀ ਬੋਰਡ ਵਿਭਾਗ ਮੁਰਦਾਬਾਦ, ਐਕਸੀਅਲ ਗੁਰਦਾਸਪੁਰ ਮੁਰਦਾਬਾਦ। ਮਾਮਵਾੜਾ ਚੌਂਕ ਦੇ ਕੋਲ ਜਿਹੜੀ ਆ ਦੁਕਾਨ ਨੂੰ ਇੱਕ ਅੱਗ ਲੱਗੀ ਸੀ, ਸੋ ਸਾਰੇ ਬਾਜ਼ਾਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ, ਸਾਰੇ ਆਪ ਵੀ ਲੱਗੇ ਰਹੇ, ਫਾਇਰ ਬ੍ਰਿਗੇਡ ਦੀ ਗੱਡੀਆਂ ਵੀ ਉੱਥੇ ਪਹੁੰਚੀਆਂ, ਜਿਹੜਾ ਅੱਗ ਨੂੰ ਜਿਹੜਾ ਕਾਬੂ ਕਰ ਲਿਆ। ਸੋ ਅੱਜ ਬੜੀ ਮਤਭਾਗੀ ਗੱਲ ਹੈ ਕਿ ਸਾਰੇ ਬਾਜ਼ਾਰ ਦੇ ਜਿਹੜੇ ਵਪਾਰੀ ਵਰਗ ਨੇ ਸਾਰੇ, ਇਹ ਸਾਰੇ ਇਕੱਠੇ ਹੋ ਕੇ ਜਿਹੜੇ ਆ ਉਹ SDO ਸਾਹਿਬ ਕੋਲ ਗਏ ਨੇ ਵੀ ਲਾਈਟ ਰਾਤ ਦੀ ਬੰਦ ਆ ਅਤੇ ਉਹਨੂੰ ਚਲਾਇਆ ਜਾਏ। ਪਰ SDO ਸਾਹਿਬ ਨੇ ਜਦੋਂ ਐਕਸੀਅਨ ਸਾਹਿਬ ਨੂੰ ਹੈਂਡ ਫਰੀ ਕਰਕੇ ਫੋਨ ਕੀਤਾ, ਉਹਦਾ ਬਹੁਤ ਹੀ ਗਲਤ ਰਵੱਈਆ ਸੀ। ਉਹਨਾਂ ਵੱਲੋਂ ਕਿਹਾ ਗਿਆ ਕਿ ਅੱਗ ਲੱਗ ਗਈ ਆ ਅਤੇ ਮੈਂ ਕੀ ਕਰਾਂ, ਰੋਜ਼ ਹੀ ਅੱਗ ਲੱਗਦੀ ਰੋਜ਼ ਅੱਗ ਲੱਗੀ ਰਹਿੰਦੀ ਆ, ਮੈਂ ਕੀ ਕਰਾਂ, ਅਤੇ ਕੋਈ ਗੱਲ ਨਹੀਂ, ਅਜੇ ਨਹੀਂ ਟਾਈਮ ਹੈਗਾ। ਸੋ ਉਸ ਤੋਂ ਬਾਅਦ ਜਿਹੜਾ ਸਾਰਿਆਂ ਨੇ ਫੈਸਲਾ ਕੀਤਾ ਕਿ ਕਿਉਂਕਿ ਜਿਹੜੀ ਵਾਇਰਾਂ ਦਾ ਮਸਲਾ ਹੈ, ਇਹ ਪਹਿਲਾਂ ਵੀ ਇਹ ਸਾਰੇ ਦੁਕਾਨਦਾਰ ਧਿਆਨ 'ਚ ਲਿਆ ਚੁੱਕੇ ਨੇ ਕਿ ਤਾਰਾਂ ਜਿਹੜੀਆਂ ਉਹ ਬਹੁਤ ਨੀਵੀਆਂ, ਕਿਉਂਕਿ ਕੱਲ੍ਹ ਵੀ ਫਾਇਰ ਬ੍ਰਿਗੇਡ ਦੀ ਜਦੋਂ ਗੱਡੀ ਆਈ ਆ, 4 ਤੋਂ 5 ਮਿੰਟ ਉਹ ਤਾਰਾਂ ਨੂੰ ਉੱਪਰ ਕਰਕੇ ਅਤੇ ਫਿਰ ਉੱਥੋਂ ਤੱਕ ਪੁਆਇੰਟ 'ਤੇ ਪਹੁੰਚੇ ਆ। ਸੋ ਇਹ ਇਹਨਾਂ ਦਾ ਜਿਹੜੀ ਆ ਜੈਨੂਅਨ ਮੰਗ ਹੈ। ਸੋ ਅੱਜ ਜਿਹੜਾ ਉਹਨਾਂ ਨੇ ਜਿਹੜਾ ਵਤਾਰਾ ਕੀਤਾ, ਐਕਸੀਅਨ ਸਾਹਿਬ ਨੇ ਹੈਂਡ ਫਰੀ ਕੀਤਾ ਸੀ, SDO ਸਾਹਿਬ ਨੇ ਬਹੁਤ ਗਲਤ ਬੋਲੇ ਨੇ। ਸੋ ਅਸੀਂ ਮੰਗ ਕਰਦੇ ਹਾਂ DC ਸਾਹਿਬ ਕੋਲ ਕਿ ਇਹੋ ਜਿਹੜੇ ਅਫਸਰ ਆ, ਇਹ ਤਾਂ ਚਲੋ ਇਹ ਮਸਲਾ ਹੋ ਗਿਆ, ਮੈਂ ਇੱਕ ਦੋ ਮਸਲੇ ਹੋਰ ਦੱਸਣਾ ਚਾਹੁੰਦਾ। ਸ਼ਹਿਜ਼ਾਦਾ ਨੰਗਲ ਜੀ, ਉੱਥੇ ਟਰਾਂਸਫਾਰਮ ਦੀ ਉੱਥੇ ਬਿਜਲੀ ਦੀ ਬੜੀ ਘੱਟ ਆਉਂਦੀ ਸੀ ਅਤੇ ਟਰਾਂਸਫਾਰਮ ਮਨਜ਼ੂਰ ਕਰਾਇਆ ਅਤੇ ਸਮਾਨ ਵੀ ਜਿਹੜਾ ਉੱਥੇ ਪਹੁੰਚ ਗਿਆ ਮੌਕੇ 'ਤੇ, ਅਤੇ ਪਾਰੇ ਐਕਸੀਅਨ ਵੱਲੋਂ ਜਿਹੜਾ ਦੁਬਾਰਾ ਸਮਾਨ ਜਿਹੜਾ ਉੱਥੋਂ ਚੁੱਕ ਕੇ ਵਾਪਸ ਲੈ ਕੇ ਚਲਾ ਗਿਆ ਕਿ ਨਹੀਂ ਅਜੇ ਆਪਣੇ ਝਾੜੂ ਵਾਲੇ ਕਹਿਣਗੇ ਅਤੇ ਫਿਰ ਲਾਉਣਾ। ਮੈਂ ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੇ ਐਕਸੀਅਨ ਨੂੰ ਅਤੇ SC ਨੂੰ ਕਿ ਲੋਕ ਜਿਹੜੇ ਉਹ ਗਰਮੀ 'ਚ ਮਰ ਰਹੇ ਆ ਅਤੇ ਆਪਾਂ ਰਾਜਨੀਤੀ ਕਰ ਰਹੇ ਹਾਂ। ਸੋ ਜੋ ਇਹਨਾਂ ਦਾ ਫੈਸਲਾ ਹੋਊਗਾ ਬਾਜ਼ਾਰ ਵਾਲਿਆਂ ਦਾ, ਆਪਾਂ ਇਹਨਾਂ ਦੇ ਨਾਲ ਹਾਂ। ਜੋ ਵੀ ਇਹ ਸਾਨੂੰ ਹੁਕਮ ਲਾਉਣਗੇ, ਜੇ ਬੰਦਿਆਂ ਦੀ ਲੋੜ ਆ, ਜੇ ਕਿ ਥਾਣੇ ਇੱਥੇ ਇਹਨਾਂ ਦਾ ਆਪਣੇ ਬਿਜਲੀ ਬੋਰਡ ਦਫ਼ਤਰ ਦਾ ਘਿਰਾਓ ਕਰਨਾ ਜਾਂ ਜਿੰਦਰਾ ਲਾਉਣਾ ਪਿਆ ਤਾਂ ਜਿੰਦਰਾ ਪਹਿਲਾਂ ਜਿਹੜਾ ਵਾ ਮੈਂ ਲਾਉਂਗਾ ਵਾ। ਸੋ ਜੋ ਵੀ ਕਾਰਵਾਈ ਕਰਨੀ ਹੈ ਕਰਨ, ਜੋ ਵੀ ਇਹ ਕਹਿਣਗੇ, ਜੋ ਹੁਕਮ ਲਾਉਣਗੇ, ਆਪਾਂ ਸੰਘਰਸ਼ ਨੂੰ ਵੱਡੇ ਲੈਵਲ 'ਤੇ ਲੈ ਕੇ ਜਾਵਾਂਗੇ, ਕਿਉਂਕਿ ਇਹ ਇਕੱਲਾ ਇਹਨਾਂ ਦਾ ਮਸਲਾ ਨਹੀਂ, ਇਹ ਸਾਰੇ ਸ਼ਹਿਰ ਦੀ ਪ੍ਰੋਬਲਮ ਆ, ਕਿਸੇ ਦੀ ਸੁਣਵਾਈ ਨਹੀਂ ਹੈਗੀ। ਥੱਲੇ ਵਾਲੇ ਅਫਸਰ ਜੇ ਸੁਣ ਲੈਂਦੇ ਨੇ ਐਕਸੀਅਨ SC ਦਾ ਤਾਂ ਦਿਮਾਗ ਹੀ ਇੰਨਾ ਖਰਾਬ ਹੋਇਆ ਕਿ ਕਿਸੇ ਨੂੰ ਉਹ ਬੰਦਾ ਸਮਝਦੇ ਨੇ। ਅੱਜ ਵੀ ਮੇਰਾ ਖਿਆਲ ਇੱਥੇ ਜਿਹੜੇ ਆਫਿਸਰ ਆਏ ਆ, ਉਹਨਾਂ ਨੇ ਐਕਸੀਅਨ ਸਾਹਿਬ ਨੂੰ ਫੋਨ ਕੀਤਾ ਕਿ ਇੱਥੇ ਆਓ ਅਤੇ ਇਹਨਾਂ ਦੀ ਗੱਲ ਸੁਣੋ, ਕਹਿੰਦਾ ਅਜੇ ਮੇਰੇ ਕੋਲ ਟਾਈਮ ਨਹੀਂ, ਕੱਲ੍ਹ ਦੇਖਾਂਗਾ। ਕੋਈ ਨਹੀਂ, ਜੇ ਤੇਰੇ ਕੋਲ ਟਾਈਮ ਨਹੀਂ ਤਾਂ ਕੋਈ ਨਹੀਂ, ਤੁਹਾਨੂੰ ਸੂਤ ਕਰਨਾ ਵੀ ਲੋਕਾਂ ਨੂੰ ਆਉਂਦਾ। ਸੋ ਪਬਲਿਕ ਸਰਵੈਂਟ ਆ, ਜੇ ਕੁਰਸੀਆਂ ਮਿਲੀਆਂ ਤਾਂ ਉਹਨੂੰ ਕੁਰਸੀ ਜਿਹੜੀ ਮਿਲੀ ਆ ਉਹਨੂੰ ਪਬਲਿਕ ਦੀ ਸੇਵਾ ਕਰੋ, ਨਾ ਕਿ ਇੱਕ ਆਪਣੇ ਅਫਸਰ ਸ਼ਾਹੀ ਦੇ ਇੱਥੇ ਤਾਨਾਸ਼ਾਹੀ ਜਿਹੜੀ ਆ ਉਹ ਤੁਸੀਂ ਕਰੋ। ਸੋ ਜੋ ਵੀ ਇਹ ਸੰਘਰਸ਼ ਜਿਹੜਾ ਅੱਗੇ ਨਿਕਲਣਗੇ ਉਹ ਆਪਾਂ ਵੱਡੇ ਲੈਵਲ 'ਤੇ ਕਰਾਂਗੇ। 8 ਵਜੇ 8:15 ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਗਏ ਹਾਂ। ਇਹ ਬਿੱਟੂ ਭਾਅ ਜੀ ਉੱਥੇ ਖੜ੍ਹੇ ਸੀ, ਇਹਨਾਂ ਦੀ ਦੁਕਾਨ ਖੁੱਲ੍ਹੀ ਸੀ ਲਾਗੇ, ਇੱਕ ਚੱਪਲਾਂ ਵਾਲੇ ਭਾਅ ਜੀ, ਉਹਨਾਂ ਦੀ ਦੁਕਾਨ ਖੁੱਲ੍ਹੀ ਸੀ। ਉਹਨਾਂ ਨੇ ਫੋਨ ਕੀਤਾ ਵੀ ਇੱਕ ਦੁਕਾਨ ਦੇ ਅੰਦਰ ਅੱਗ ਲੱਗੀ ਹੋਈ ਹੈ। ਉਸ ਬੰਦੇ ਨੇ ਆਣ ਕੇ ਆਪਣਾ ਸ਼ਟਰ ਖੋਲ੍ਹਿਆ ਵਾ ਅਤੇ ਅੱਗ ਇੰਨੀ ਭਾਗੀ ਕਿ 5 ਦੁਕਾਨਾਂ ਨੂੰ ਨਾਲ ਨਾਲ ਅੱਗ ਪੈ ਗਈ। ਇੱਕ ਦੁਕਾਨ ਛੱਡ ਕੇ ਨਾਲ ਦੀ ਦੁਕਾਨ ਜਿਹੜੀ ਮੇਰੀ ਸੀ। ਅਸੀਂ ਪਿਛਲੇ ਦਿਨਾਂ ਤੋਂ ਵੇਖਦੇ ਪਏ ਹਾਂ ਵੀ ਸ਼ਹਿਰ ਦੀਆਂ ਕਦੀ 5 ਦੁਕਾਨਾਂ ਸੜ ਗਈਆਂ, ਕਦੀ 2 ਸੜ ਗਈਆਂ, ਕਦੀ 1 ਸੜ ਗਈ। ਇਹ 2-3 ਮਹੀਨੇ ਦੇ ਵਿੱਚ ਹੀ ਐਡੇ ਵੱਡੇ ਇੰਸੀਡੈਂਟ ਹੋਏ ਆ। ਅਸੀਂ ਇਹੋ ਹੀ ਦੁਕਾਨਦਾਰ ਨੇ ਜਿਨ੍ਹਾਂ ਕੋਲੋਂ ਪੈਸੇ ਇਕੱਠੇ ਕਰਕੇ ਉਹਨਾਂ ਦੁਕਾਨਦਾਰਾਂ ਦੀ ਮਦਦ ਜਿਹੜੀ ਉਹ ਕੀਤੀ ਆ। ਇਹਦੇ ਵਿੱਚ ਕਿਸੇ ਨੇ ਕੋਈ ਬਿਜਲੀ ਬੋਰਡ ਨੇ ਨਹੀਂ ਮਦਦ ਕੀਤੀ, ਕਿਸੇ ਨੇ ਤਾਂ ਨਹੀਂ ਉਹ ਕੀਤੀ। ਜੇ ਅੱਜ ਅਸੀਂ ਦਫ਼ਤਰ ਆਏ ਹਾਂ ਰਿਕੁਐਸਟ ਕਰਨ ਵਾਸਤੇ ਵੀ ਸਾਡੀਆਂ ਤਾਰਾਂ ਬਦਲੋ, ਅਤੇ ਐਕਸੀਅਨ ਸਾਹਿਬ ਦਾ ਅੱਗਿਓਂ ਇੰਨਾ ਕੁ ਮਾੜਾ ਬੋਲਣਾ ਵੀ ਮੇਰੇ ਕਰਕੇ ਨਹੀਂ ਸੜੀ, ਜਦੋਂ ਫੰਡ ਹੋਣਗੇ ਉਦੋਂ ਅਸੀਂ ਜਿਹੜਾ ਬਦਲਾਂਗੇ। ਸਾਡੇ ਪ੍ਰਧਾਨ ਜੀ ਨੇ ਅੱਗੇ ਵੀ ਕਿਹਾ ਵਾ ਵੀ ਜੇ ਕੋਈ ਫੰਡਾਂ ਦੀ ਕਮੀ ਆ
ਅਸੀਂ ਕਰੋੜਾਂ ਰੁਪਈਏ ਦੁਕਾਨਾਂ 'ਤੇ ਲਾ ਕੇ ਬੈਠੇ ਹਾਂ, ਅਸੀਂ ਕੋਈ ਪੰਜ ਦਸ ਦਸ ਹਜ਼ਾਰ ਦੁਕਾਨਦਾਰ ਪਾ ਕੇ ਦੇ ਦਿਆਂਗੇ। ਅਸੀਂ ਦੇਣ ਨੂੰ ਤਿਆਰ ਹਾਂ, ਕਮੇਟੀ ਕਰ ਦੇਣ ਨੂੰ ਤਿਆਰ ਆ, ਅਸੀਂ ਦੇਣ ਨੂੰ ਤਿਆਰ ਹਾਂ। ਦੂਜੀ ਗੱਲ ਅਸੀਂ ਇਹ ਕਹਿੰਦੇ ਹਾਂ, ਵੇਖੋ ਇੱਥੇ ਕੋਈ ਰਾਜਨੀਤੀ ਨਹੀਂ ਗੀ, ਅਸੀਂ ਸ਼ਹਿਰ ਦੇ ਹਰ ਲੀਡਰ ਨੂੰ ਕਹਿੰਦੇ ਹਾਂ ਵੀ ਦੁਕਾਨਦਾਰ ਦੇ ਨਾਲ ਆਣ ਕੇ ਇੱਥੇ ਚੌਂਕ ਦੇ ਵਿੱਚ ਜੇ ਅਸੀਂ ਬੈਠੇ ਹਾਂ ਤਾਂ ਸਾਡਾ ਆਣ ਕੇ ਸਾਥ ਦਿਓ। ਜੇ ਅਸੀਂ ਦੁਕਾਨਦਾਰ ਹੈਗੇ ਹਾਂ ਤਾਂ ਤੁਸੀਂ ਲੀਡਰ ਹੈਗੇ ਹੋ, ਜੇ ਅਸੀਂ ਦੁਕਾਨਦਾਰ ਅਸੀਂ ਨਹੀਂ ਰਵਾਂਗੇ ਤਾਂ ਤੁਹਾਡੀਆਂ ਲੀਡਰੀਆਂ ਕਿਸੇ 'ਤੇ ਨਹੀਂ ਚੱਲਣੀਆਂ। ਇੱਥੇ ਆਣ ਕੇ ਬੈਠੋ, ਜੇ ਕੋਈ ਇੱਕ ਸਾਡੇ ਨਾਲ ਆਣ ਕੇ ਬੈਠਾ ਤਾਂ ਅਸੀਂ ਸ਼ਹਿਰ ਦੇ ਹਰ ਲੀਡਰ ਨੂੰ, ਹਰ ਪਾਰਟੀ ਦੇ ਲੀਡਰ ਨੂੰ ਕਹਿੰਦੇ ਹਾਂ ਵੀ ਸਾਡੇ ਨਾਲ ਆਣ ਕੇ ਇੱਥੇ ਬੈਠੋ ਅਤੇ ਸਾਡਾ ਸਾਥ ਦਿਓ। ਜੇ ਸਾਡੀਆਂ ਦੁਕਾਨਾਂ ਸੜ ਜਾਂਦੀਆਂ ਅਸੀਂ ਕਿਹਾ ਜੋਗੇ ਨਹੀਂ ਰਹਿਣਾ। ਜਦੋਂ ਸਾਡੇ ਘਰਾਂ 'ਚ ਫੋਨ ਆਏ ਆ ਸਾਡੇ ਘਰਦਿਆਂ ਦਾ ਕੀ ਰੋ ਰੋ ਕੇ ਬੁਰਾ ਹਾਲ ਸੀ, ਐਕਸੀਅਨ ਸਾਹਿਬ ਉੱਥੇ ਆਣ ਕੇ ਤੁਸੀਂ ਵੇਖਦੇ, ਜਾਂ ਹੁਣ ਵੇਖੋ ਬਾਜ਼ਾਰਾਂ ਦੇ ਵਿੱਚ ਕੀ ਹਾਲ ਆ। ਧਰਨਾ ਉਦੋਂ ਚੁੱਕਿਆ ਜਾਊਗਾ ਜਦੋਂ ਐਕਸੀਅਨ ਸਾਹਿਬ ਇੱਥੇ ਆਣ ਕੇ ਪਹਿਲੋਂ ਸੌਰੀ ਫੀਲ ਕਰਨ ਕਿ ਮੈਂ ਗਲਤ ਲਫ਼ਜ਼ ਬੋਲਿਆ, ਅਤੇ ਨਾਲ ਸਾਨੂੰ ਉੱਥੇ ਕਹਿਣ ਅਸੀਂ ਦੁਕਾਨਦਾਰ ਤਦ ਤੱਕ ਦੁਕਾਨਾਂ ਨਹੀਂ ਖੋਲ੍ਹਣੀਆਂ ਜਦ ਤੱਕ ਮੇਨ ਤਾਰ ਨਹੀਂ ਬਦਲੀ ਜਾਂਦੀ। ਜਿਹੜੀ ਮੇਨ ਤਾਰ ਕੇਬਲ ਆ ਉਹ ਨਹੀਂ ਬਦਲੀ ਜਾਂਦੀ, ਜੇ ਨਹੀਂ ਵੀ ਬਦਲਦੇ ਤਾਂ ਅਸੀਂ ਬਾਜ਼ਾਰ ਦੀ ਬੱਤੀ ਬੰਦ ਰਹਿਣ ਦੇਵਾਂਗੇ। ਅਸੀਂ ਤਾਰਾਂ ਨਹੀਂ ਪੈਣ ਦੇਣੀਆਂ, ਜੋੜ ਨਹੀਂ ਪੈਣ ਦੇਣੇ। ਹੁਣ ਜੋੜਾਂ ਦਾ ਐਂਡ ਹੋ ਗਿਆ, ਅੱਤ ਹੋ ਗਈ ਆ। ਅਸੀਂ ਫਿਰ ਐਕਸੀਅਨ ਸਾਹਿਬ ਨੂੰ ਕਹਾਂਗੇ ਵੀ ਆਪਣੀ ਕੁਰਸੀ ਦਾ ਨਜਾਇਜ਼ ਫਾਇਦਾ ਨਾ ਚੁੱਕੋ, ਇੱਥੇ ਆਓ ਅਤੇ ਲੋਕਾਂ ਦੀ ਗੱਲ ਸੁਣੋ, ਲੋਕਾਂ ਵਾਸਤੇ ਤੁਸੀਂ ਬੈਠੇ ਦੇ ਹੋ। ਨਹੀਂ, ਫੋਨ 'ਤੇ ਗੱਲ ਵੀ ਹੋਈ ਹੈ ਸਾਰਿਆਂ ਨਾਲ, ਰਾਤੀ ਕੋਈ ਮੰਦਭਾਗੀ ਘਟਨਾ ਹੋਈ ਹੈ ਬਾਜ਼ਾਰ ਦੇ ਵਿੱਚ, ਇੱਕ ਦੁਕਾਨ ਦੇ ਅੰਦਰ ਅੱਗ ਲੱਗ ਗਈ ਹੈ, ਅਤੇ ਪਰ ਉੱਥੇ ਜਿਹੜੀਆਂ ਸਾਡੀਆਂ ਕੇਬਲਾਂ ਆ, ਸਾਡੀਆਂ ਕੇਬਲਾਂ ਇੱਕ ਸਾਈਡ 'ਤੇ ਹੈ, ਪਰ ਚਲੋ ਬੰਦੇ ਦਾ ਨੁਕਸਾਨ ਹੋਇਆ ਉਹ ਬੜੀ ਮਾੜੀ ਗੱਲ ਹੈ, ਕਿਸੇ ਦਾ ਨੁਕਸਾਨ ਅੱਗ ਕਰਕੇ ਨਹੀਂ ਹੋਣਾ ਚਾਹੀਦਾ। ਸਾਡੇ ਜਿਹੜੇ ਬਾਜ਼ਾਰ ਦੇ ਵਿੱਚ ਕੰਮ ਚੱਲਦੇ ਆ ਆਲਰੇਡੀ ਐਸਟੀਮੇਟ ਪਾਸ ਹੈ, ਸਾਡੀਆਂ ਕੇਬਲਾਂ ਜਿੱਦਾਂ 25 ਦੀਆਂ ਕੇਬਲਾਂ ਅਸੀਂ 50 ਦੀਆਂ ਕਰ ਰਹੇ ਹਾਂ, 50 ਦੀਆਂ 95 ਕਰਾਂਗੇ। ਉਹ ਕੰਮ ਜਿਹੜੇ ਆ ਮੇਰੇ ਕੋਲ ਕਾਗਜ਼ ਪਏ ਹੋਏ, ਐਸਟੀਮੇਟ ਸਾਡੇ ਪਾਸ ਹੈ, ਸਮਾਨ ਡਰਾ ਹੋਏਗਾ, ਉਹ ਅਸੀਂ ਇਮੀਡੀਏਟਲੀ ਕੰਮ ਸ਼ੁਰੂ ਕਰਾਂਗੇ। ਤਾਂ ਲੱਗੀ ਆ, ਨਹੀਂ ਦੇਖੋ ਉਹ ਤਾਂ ਤੁਸੀਂ ਨਿਰਪੱਖ ਇਨਕੁਆਇਰੀ ਹੋ ਜਾਵੇ ਤਾਂ ਤੁਹਾਨੂੰ ਵੀ ਪਤਾ ਲੱਗ ਜਾਣਾ। ਜਿੱਧਰਲੇ ਪਾਸੇ ਦੁਕਾਨ 'ਤੇ ਜੋ ਮੇਰੇ ਕੋਲ ਹੁਣ ਇਨਪੁੱਟ ਆਈ, ਮੈਂ ਆਪ ਮੌਕੇ 'ਤੇ ਨਹੀਂ ਗਿਆ, ਜੋ ਮੇਰੇ ਕੋਲ ਰਿਪੋਰਟ ਆਈ ਹੈ, ਜਿੱਧਰਲੇ ਪਾਸੇ ਅੱਗ ਲੱਗੀ ਹੈ ਉੱਧਰਲੇ ਪਾਸੇ ਸਾਡੀ ਤਾਰ ਵੀ ਨਹੀਂ, ਮੀਟਰ ਦੂਜੀ ਪਾਈ ਮੀਟਰ ਦੂਜੇ ਸਾਡੇ ਲੱਗਾ ਨਹੀਂ ਮੇਰੇ ਵੱਲੋਂ ਨਹੀਂ। ਜੇ ਕਿਸੇ ਨੇ ਕੋਈ ਵੱਧ ਘੱਟ ਕਿਸੇ ਨੇ ਕਹੀ ਹੈ ਉਹਦਾ ਚਲੋ ਮੈਂ ਵੀ ਮਾਫ਼ੀ ਮੰਗ ਲੈਣਾ, ਆਪਾਂ ਨੂੰ ਕਿਸੇ ਨਾਲ ਗਲਤ ਕਿਉਂ ਬੋਲਣਾ, ਨਹੀਂ ਬੋਲਣਾ, ਨਹੀਂ ਬੋਲਣਾ ਚਾਹੀਦਾ। ਉਹ ਚੈੱਕ ਕਰਵਾ ਦਿੰਦੇ ਹਾਂ, ਉਹ 2 ਮਹੀਨੇ ਪਈ ਆ। ਐਕਸੀਅਨ ਸਾਹਿਬ ਇੱਕ ਜਦੋਂ ਵੀ ਫਾਇਰ ਬ੍ਰਿਗੇਡ ਦੀ ਅੰਦਰ ਜਦੋਂ ਪਿੱਛੇ ਹੋਈ ਆ ਤੇ ਉੱਥੇ ਗੱਡੀ ਤੇ ਪਹੁੰਚਣੀ ਚਾਹੀਦੀ। ਜਦੋਂ ਪਿਛਲੀ ਵਾਰੀ ਅੱਗ ਲੱਗੀ ਸੀ ਉਦੋਂ ਪਾੜਾ ਸਾਹਿਬ ਦਾ ਮੈਨੂੰ ਫੋਨ ਆਇਆ ਸੀਗਾ, ਪਰ ਆਪਾਂ ਕੀਤਾ ਕੁਝ ਨਹੀਂ। ਨਹੀਂ ਉਹ ਪਾੜਾ ਸਾਹਿਬ ਦਾ ਆਇਆ, ਉਹ ਦੂਜੀ ਪਾਰਟੀ ਦੇ ਨਿਸ਼ਕਾਰਕ, ਆਪਾਂ ਦੇ ਲੱਦਿਆ ਸਮਾਨ ਵਾਪਸ ਭੇਜਤਾ। ਮੇਰੀ ਗੱਲ ਸੁਣੋ, ਸ਼ਹਿਯਾਦਾਂ ਨਗਲ ਸਮਾਨ ਆਇਆ, ਮੇਰੀ ਇਦਾਂ ਦੀ ਗੱਲ ਨਹੀਂ। ਸ਼ਹਿਯਾਦਾਂ ਨਗਲ ਸਮਾਨ ਆਇਆ, ਇਹਨਾਂ ਨੇ ਲੱਦਿਆ ਸਮਾਨ ਉੱਥੇ ਟਰਾਂਸਫਾਰਮ ਦੇ ਤਾਰਾਂ ਵਾਪਸ ਚੱਕ ਲਿਆ ਕਿ ਉਹ MLA ਨੇ ਪਾਸ ਕਰਾਇਆ। ਪਰ ਆ ਜੀ ਹੁਣ ਜਾ ਕੇ ਚਲੋ ਜੋ ਤਾਰ ਥੱਲੇ ਡਿੱਗੀ ਵੱਡੀ ਟੁੱਟ ਗਈ 2 ਮਹੀਨੇ ਦੀ, ਤੁਸੀਂ ਉੱਥੇ ਕੀ ਵੇਖਣਾ, ਇੱਥੇ ਵੇਖ ਲਓ ਕੀ ਹਾਲਾਤ ਜਿਹੜੀਆਂ ਤਾਰਾਂ ਨੀਵੀਆਂ ਦੀ ਗੱਲ ਹੈ ਸਾਹਿਬ। ਪਹਿਲੀ ਗੱਲ ਜਿਹੜਾ ਇਹਨਾਂ ਨੇ ਐਸਟੀਮੇਟ ਦੱਸ ਰਹੇ ਨੇ ਉਹ 'ਚ ਲਈ ਇਹਨਾਂ ਨੇ 50 ਦੀ ਕੇਵਲ, 50 ਦੀ ਜਿਹੜੀ ਕੇਵਲ ਆ ਉਹ ਸਫੀਸ਼ੈਂਟ ਨਹੀਂ, 50 ਦੀ ਅੱਗੇ ਪਈ ਦੀ, ਉਹਨੂੰ ਤੁਸੀਂ ਜਿਹੜਾ ਵਾ ਐਸਟੀਮੇਟ ਰਿਵਾਈਜ਼ ਕਰੋ, 95 ਦੀ ਪਾਓ, ਤਾਂ ਜੋ ਵਾਰ ਵਾਰ ਜਿਹੜੀਆਂ ਘਟਨਾਵਾਂ ਲੋਡ ਵਧਾਏ ਨੇ ਲੋਕਾਂ ਨੇ ਗਰਮੀ ਦੇ ਸੀਜ਼ਨ 'ਚ, ਜਿਹੜਾ ਵੈਸੇ ਓਵਰਲੋਡ ਹੋਇਆ ਹੁੰਦਾ ਉਹਨੂੰ ਤਾਰਾਂ ਜਿਹੜੀਆਂ ਉਹ ਪਾਓ। ਕੀ ਦਿੱਤਾ, ਕਿੰਨੇ ਦਿਨਾਂ 'ਚ ਕੰਮ ਕਰ ਰਹੇ ਹੋ ਸਰ? ਜਿੱਥੇ ਰਾਤੀ ਅੱਗ ਲੱਗੀ ਉੱਥੇ ਤਾਂ ਤਾਰਾਂ ਅੱਜ ਉਹਨਾਂ ਨੂੰ ਕਹਿ ਦਿੱਤਾ ਚੇਂਜ ਕਰਨ ਨੂੰ ਸਾਡੀਆਂ, ਬਾਕੀ ਇੱਕ ਹਫ਼ਤੇ ਦੇ ਵਿੱਚ ਕੰਮ ਸ਼ੁਰੂ ਕਰਦੇ ਹਾਂ।